ਅੱਜ ਆਪਾਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਖਿੜਕੀਆਂ ਵਿੱਚੋਂ ਤੂੰ ਜੋ ਆਪ ਹੈ ਉਹ ਹੀ ਕੁਝ ਲੱਭਦਾ ਵਿਖਦਾ ਹੈ। ਇੱਕ ਸਰਧਾਲੂ ਨੇ ਬੁੱਧ ਨੂੰ ਪੁੱਛਿਆ, ਚੰਦਰਮਾ ਵਿੱਚ ਦਾਗ ਕਿਉਂ ਹੈ, ਦੀਵੇ ਥੱਲੇ ਹਨੇਰਾ ਕਿਉਂ ਹੈ। ਬੁੱਧ ਨੇ ਉਸ ਵੱਲ ਵੇਖਿਆ ਅਤੇ ਕਿਹਾ, ਚੰਦਰਮਾ ਸ਼ੀਤਲ ਹੁੰਦਾ ਹੈ, ਸੋਹਣਾ ਹੁੰਦਾ ਹੈ, ਹਰ ਵਸਤ ਨੂੰ ਸੋਹਣਾ ਬਣਾ ਦਿੰਦਾ ਹੈ, ਮਨ ਨੂੰ ਸ਼ਾਂਤ ਕਰਦਾ ਹੈ। ਪਰ ਨਾਲ ਹੀ ਪੁੱਛਿਆ, ਤੇਰਾ ਧਿਆਨ ਦਾਗ ਵੱਲ ਹੀ ਕਿਉਂ ਗਿਆ ਹੈ। ਦੀਵਾ ਪ੍ਰਕਾਸ਼ ਦਿੰਦਾ ਹੈ, ਪ੍ਰਕਾਸ਼ ਗਿਆਨ ਦਾ ਪ੍ਰਤੀਕ ਹੈ, ਦੀਵੇ ਦੀ ਲੋਅ ਵਿੱਚ ਹਰ ਕੋਈ ਸੁੰਦਰ ਲੱਗਦਾ ਹੈ, ਦੀਵੇ ਦਾ ਪ੍ਰਕਾਸ਼ ਸਿਖਾਵਾਂ ਪ੍ਰਭਾਵ ਸਿਰਜਦਾ ਹੈ। ਪਰ ਤੇਰਾ ਧਿਆਨ ਦੀਵੇ ਥੱਲੇ ਹਨੇਰੇ ਵੱਲ ਹੀ ਕਿਉਂ ਗਿਆ, ਤੂੰ ਜੋ ਆਪ ਹੈ ਉਹੀ ਕੁਝ ਲੱਭਦਾ ਵਿਖਦਾ ਹੈ। ਧੰਨਵਾਦ।